ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਵੇਖੋ ਜੀ, ਕਿਹਾ ਜਾਂਦਾ ਜਿੰਨੀ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਉਨਾ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ। ਅਤੇ ਮੈਨੂੰ ਪੂਰਾ ਭਰੋਸਾ ਹੈ, ਬਹੁਤ ਸੋਹਣੀ ਟੀਮ ਹੈ ਪੰਜਾਬ ਵਿੱਚ ਅਤੇ ਪੂਰੀ ਦੁਨੀਆ ਤੋਂ। ਪਿਛਲੀ ਵਾਰ ਵੀ ਇਲੈਕਸ਼ਨ ਹੋਏ ਤਾਂ ਪੰਜਾਬੀਆਂ ਨੇ, ਈਵਨ ਜੋ ਵੀ ਪੂਰੇ ਭਾਰਤ ਨਾਲ ਜੁੜੇ ਲੋਕ ਸੀ ਉਹਨਾਂ ਨੇ ਆ ਕੇ ਉੱਥੇ ਸਪੋਰਟ ਕੀਤਾ। ਅਤੇ ਸਾਰਿਆਂ ਨਾਲ ਰਲ ਮਿਲ ਕੇ ਕੰਮ ਕਰਾਂਗੇ, ਜੋ ਪਿਛਲੀ ਵਾਰ ਥੋੜ੍ਹੀ ਜਿਹੀ ਕਸਰ ਰਹਿ ਗਈ ਸੀ ਉਹਨੂੰ ਇਸ ਵਾਰੀ ਪੂਰੀ ਕਰਾਂਗੇ। ਅਤੇ ਮੋਟੇ ਤੌਰ 'ਤੇ ਲੋਕਾਂ ਨੂੰ ਕੰਮ ਚਾਹੀਦਾ, ਅਤੇ ਪਿਛਲੇ 5 ਸਾਲ ਦਾ ਜੋ ਕੇਜਰੀਵਾਲ ਸਰਕਾਰ ਦਾ ਗਵਰਨੈਂਸ ਮਾਡਲ ਹੈਗਾ, ਹਰ ਬੰਦਾ ਚਾਹੁੰਦਾ ਵੀ ਉਹਨਾਂ ਦੀ ਸਟੇਟ 'ਚ ਵੀ ਉਹ ਮਾਡਲ ਇੰਪਲੀਮੈਂਟ ਹੋਵੇ। ਅਤੇ ਪੰਜਾਬ ਦੇ ਲੋਕ ਬਹੁਤ ਐਕਸਾਈਟਿਡ ਨੇ, ਮੈਂ ਕੱਲ੍ਹ ਹੀ ਪੰਜਾਬ ਤੋਂ ਹੋ ਕੇ ਆਇਆ। ਅਤੇ ਹਰ ਬੰਦਾ ਚਾਹੁੰਦਾ ਵੀ ਇੱਥੇ ਵੀ ਚੰਗੇ ਸਕੂਲ ਬਣਨ, ਇੱਥੇ ਵੀ ਚੰਗੇ ਸਰਕਾਰੀ ਹੋਸਪਿਟਲ ਬਣਨ। ਬਹਰਹਾਲ ਜੋ ਵੀ ਦਿੱਲੀ ਵਿੱਚ ਕੰਮ ਹੋ ਰਹੇ ਨੇ ਉਹ ਸਾਰੇ ਕੰਮ ਹਰ ਸਟੇਟ 'ਚ ਆਉਂਦੀ ਹੈ ਵੀ ਉੱਥੇ ਹੋਣ। ਅਤੇ ਅਗਲਾ ਨੰਬਰ ਮੈਨੂੰ ਲੱਗਦਾ ਪੰਜਾਬ ਦਾ ਹੈਗਾ। ਦੇਖੋ ਪਹਿਲਾਂ ਤਾਂ ਉੱਥੇ ਸਰਕਾਰ ਬਣਾਵਾਂਗੇ, ਅਤੇ ਉਸ ਤੋਂ ਬਾਅਦ ਸਰਕਾਰ, ਪਹਿਲਾਂ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ, ਉਸ ਤੋਂ ਬਾਅਦ ਫਿਰ ਅੱਗੇ ਦੀ ਦੱਸਾਂਗੇ। ਬਿਲਕੁਲ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰੀਏ, ਪਰ ਫਿਲਹਾਲ ਬਹੁਤ ਜਲਦੀ ਹੋਏਗੀ ਇਹ ਸਭ ਕੁਝ ਕਹਿਣਾ, ਅਤੇ ਤੁਹਾਨੂੰ ਟਾਈਮ ਟੂ ਟਾਈਮ ਅਪ ਟੂ ਡੇਟ ਕਰਦੇ ਰਹਾਂਗੇ। ਪਾਰਟੀ ਵਰਕਰ ਦਾ ਬਿਲਕੁਲ ਮੈਂ ਕਹਿਣਾ ਚਾਹਾਂਗਾ, ਸਾਰੇ ਬਹੁਤ ਹੀ ਜ਼ਿਆਦਾ ਐਕਸਾਈਟਿਡ ਨੇ, ਅਤੇ ਪਾਰਟੀ ਵਰਕਰ ਹੀ ਨਹੀਂ ਪੂਰੀ ਪੰਜਾਬ ਦੀ ਆਮ ਜੋ ਲੋਕ ਨੇ ਉਹ ਵੀ ਬਹੁਤ ਜ਼ਿਆਦਾ ਐਕਸਾਈਟਿਡ ਨੇ।